ਅੱਜ ਮੈਂ ਰਵਦਾਸੀਆ ਟੀਵੀ ਦੇ ਮਾਧਿਅਮ ਤੋਂ ਦੇਸ਼ ਦੇ ਉਪ ਪ੍ਰਧਾਨ ਮੰਤਰੀ ਸ਼੍ਰੀ ਬਾਬੂ ਜਗਜੀਵਨ ਰਾਮ ਜੀ ਦੇ ਜਨਮ ਦਿਨ ਦੀਆਂ ਪੂਰੇ ਹੀ ਦੇਸ਼ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਦੇਣੇ ਚਾਹੁੰਦਾ ਹਾਂ, ਜਿਨ੍ਹਾਂ ਨੇ ਉਸ ਟਾਈਮ ਪਹਿਲੇ ਡਿਪਟੀ ਉਪ ਪ੍ਰਧਾਨ ਮੰਤਰੀ ਬਣ ਕੇ ਇੱਕ ਸਾਡੇ ਦੇਸ਼ ਦੇ ਵਿੱਚ ਉਹ ਮਿਸਾਲ ਪੈਦਾ ਕੀਤੀ ਜੋ ਅੱਜ ਵੀ ਜਿੰਦਾ ਹੈ। ਔਰ ਮੈਂ ਆਪਣੇ ਸਮਾਜ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਸ ਸ਼ਖਸੀਅਤ ਤੋਂ ਆਪਾਂ ਕੁਝ ਸਿੱਖਦੇ ਹੋਏ ਵੱਧ ਤੋਂ ਵੱਧ ਰਾਜਨੀਤੀ ਵਿੱਚ ਆਈਏ ਤਾਂ ਆਪਣੇ ਸਮਾਜ ਦੇ ਕੰਮ ਕਰੀਏ, ਆਪਣੇ ਗੁਰੂਆਂ ਦੇ ਰਹਿਬਰਾਂ ਦੇ ਕੰਮ ਕਰੀਏ। ਉਹਨਾਂ ਦੇ ਜਨਮ ਦਿਨ 'ਤੇ ਮੈਂ ਇਹੀ ਹੀ ਸਮਾਜ ਨੂੰ ਸੰਦੇਸ਼ ਦੇਣਾ ਚਾਹਾਂਗਾ ਕਿ ਆਓ ਬਾਬੂ ਜਗਜੀਵਨ ਰਾਮ ਦੀ ਤਰ੍ਹਾਂ ਇੱਕ ਮਹਾਨ ਸ਼ਖਸੀਅਤ ਬਣ ਕੇ ਇਸ ਦੇਸ਼ ਦੀ ਸੇਵਾ ਨਿਭਾਈਏ, ਆਪਣੀ ਕੌਮ ਦੀ ਸੇਵਾ ਨਿਭਾਈਏ ਤਾਂ ਕਿ ਬਾਬੂ ਜਗਜੀਵਨ ਰਾਮ ਦੀ ਤਰ੍ਹਾਂ ਨਾ ਬੁਲੰਦੀਆਂ ਵਿੱਚ ਲੈ ਕੇ ਜਾਈਏ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਸ਼੍ਰੀ ਬਾਬੂ ਜਗਜੀਵਨ ਰਾਮ ਜੀ ਦੇ ਜਨਮ ਦਿਨ ਦੀ ਪਾਰਟੀ ਵੱਲੋਂ ਲੱਖ ਲੱਖ ਵਾਰ ਮੁਬਾਰਕਬਾਦ ਦਿੰਦਾ ਹਾਂ।